ਨਹੀਂ ਨਾ ਹੂਟਰ ਮਾਰਦੀ ਫਿਰਦੀ ਆ, ਇਹਦਾ ਵੈਰੀਫਾਈ ਕਰੋ। ਅਸੀਂ ਇਹਦਾ ਐਡਰੈਸ ਕਢਵਾਇਆ, ਇਹ ਐਡਰੈਸ 'ਤੇ ਗੱਡੀ ਹੈ ਨਹੀਂ ਸੀ ਉੱਥੇ। ਫਿਰ ਇਹਦੇ ਨੰਬਰ 'ਤੇ ਕਾਲ ਕੀਤੀ, ਇਹ ਕਹਿੰਦਾ ਸਰ ਮੈਂ ਦੁਰਗਾ ਮਾਤਾ ਮੰਦਿਰ ਕੋਲ ਹਾਂ। ਅਸੀਂ ਇਹਨੂੰ ਜਗਰਾਓਂ ਪੁਲ 'ਤੇ ਬੁਲਾ ਲਿਆ, ਅਸੀਂ ਕਿਹਾ ਵੀ ਤੂੰ ਹਾਂ, ਸਾਨੂੰ ਇਹ ਹੁੰਦਾ ਵੀ ਜਿਹੜੇ ਬੰਦੇ ਨੇ ਕੰਪਲੇਂਟ ਕੀਤੀ ਆ ਇਹਦੇ ਵੈਸੇ ਤਾਂ ਨਹੀਂ ਕਰਦੀ। ਜਦੋਂ ਗੱਡੀ ਇਹਦੀ ਰੋਕੀ, ਚੈੱਕ ਕੀਤੀ, ਇੱਕ ਤਾਂ ਬਿਨਾਂ ਪਰਮਿਸ਼ਨ ਤੋਂ ਇਹਨੇ ਬਲੈਕ ਫਿਲਮ ਲਾਈ ਆ, ਫਿਰ ਗੱਡੀ ਨੂੰ ਹੂਟਰ ਲਾਈ ਆ, ਇਹ ਕਾਲਜ ਦੇ ਵਿੱਚ ਸਟੂਡੈਂਟ ਆ। ਹੁਣ ਇਹਦੇ ਪੇਰੈਂਟਸ ਨੂੰ ਬੁਲਾਇਆ ਵੀ ਤੁਸੀਂ ਇਹਨੂੰ ਗੱਡੀ ਕਿਸ ਬੇਸ 'ਤੇ ਦਿੱਤੀ ਆ। ਹੁਣ ਇੱਕ ਤੀਜਾ ਨੇ BAP ਸਟੀਕਰ ਲਾਇਆ, BAP ਸਟੀਕਰ ਦੀ ਇਹਨੇ ਕਿੱਥੋਂ ਲਾਇਆ, ਪਾਰਕਿੰਗ ਦਾ ਇਹਨੇ ਆਪ ਛੁਪਾਇਆ ਜਾਂ ਇਹਨੇ ਕਿਸ ਤੋਂ ਲਿਆ, ਉਹਦੀ ਵੈਰੀਫਾਈ ਕਰ ਰਿਹਾ। ਨਹੀਂ ਦੇਖੋ, ਅਸੀਂ ਤਾਂ ਪਹਿਲਾਂ ਸਾਰਿਆਂ ਨੂੰ ਇਹਨਾਂ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ, ਹੁਣ ਦੁਬਾਰਾ ਫੇਰ ਦੇ ਰਹੇ ਹਾਂ ਵੀ ਜਿਨ੍ਹਾਂ ਦੇ ਲੱਗੇ ਨੇ ਆਪਣੇ ਆਪ ਨੂੰ ਸੁਧਰ ਜਾਓ। ਅਫਸਰ ਬੜੇ ਵਧੀਆ ਨੇ, ਕਿਸੇ ਨੇ ਸਪੇਅਰ ਨਹੀਂ ਕਰਨਾ। ਸੀਨੀਅਰ ਅਫਸਰ ਵੱਲੋਂ ਇਹੀ ਸਾਡਾ ਹੁਕਮ ਆ, ਮਾਣਯੋਗ ADCP ਟ੍ਰੈਫਿਕ ਸਰ ਵੱਲੋਂ ਮੀਟਿੰਗਾਂ ਰੱਖੀਆਂ ਗਈਆਂ, ACP ਸਰ ਵੱਲੋਂ, ਟ੍ਰੈਫਿਕ ਸਰ ਵੱਲੋਂ, ਬਈ ਕਿਸੇ ਨੂੰ ਸਪੇਅਰ ਨਹੀਂ ਕਰਨਾ। ਜਿਹੜਾ ਬੰਦਾ ਕਾਲੀ ਫਿਲਮ ਹੂਟਰ ਲਾ ਕੇ ਹੁੱਲੜਬਾਜ਼ੀ ਕਰਦਾ, ਕਾਰਾਂ ਦੇ ਵਿੱਚ ਰੈਲੀਆਂ ਕੱਢਦਾ ਕਿਸੇ ਤਰ੍ਹਾਂ ਦੀ ਵੀ, ਮਤਲਬ ਬੱਚੇ, ਉਹਨਾਂ ਨੂੰ ਸਪੇਅਰ ਨਹੀਂ ਕਰਨਾ, ਉਹਨਾਂ ਦੇ ਚਲਾਨ ਕਰ ਦਿਓ, ਗੱਡੀ ਬਾਊਂਡ ਕਰੋ। ਹੁਣ ਇਹਦੇ ਫਾਦਰ ਸਾਹਿਬ ਨੂੰ ਬੁਲਾ ਰਹੇ ਹਾਂ, ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਇਹਨੂੰ ਕਿਸ ਬੇਸ 'ਤੇ ਗੱਡੀ ਦਿੱਤੀ ਆ। ਕਿਹੜੀ ਗੱਡੀ ਜੀ? ਇਹਦਾ ਪਹਿਲਾਂ ਚਲਾਨ ਹੋਇਆ? ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ, ਜਸਟ ਮੈਂ ਤਾਂ ਅੱਜ ਫੜੀ ਆ। ਦੇਖੋ, ਜਿਹਦਾ ਪਹਿਲਾਂ ਲਾਇਸੈਂਸ 80,000 ਰੁਪਏ ਫਾਈਨ ਪੈ ਜਾਏਗਾ। ਜੋ ਮੈਂ ਨਹੀਂ ਕੀਤਾ, ਜਸ ਜਿਹੜੇ ਮੁਲਾਜ਼ਮ ਨੇ ਕੀਤਾ ਹੋਗਾ, ਅਸੀਂ ਵੈਰੀਫਾਈ ਕਰਾਂਗੇ। ਦੋ ਹੋ ਗਏ ਤਾਂ ਲਾਇਸੈਂਸ ਹੀ ਨਹੀਂ ਬਣਨਾ ਤੀਜੀ ਵਾਰ ਤਾਂ। ਬਿਨਾਂ ਲਾਇਸੈਂਸ ਤੋਂ ਤੁਹਾਨੂੰ ਪਤਾ ਬੰਦਾ ਗੱਡੀ ਚਲਾ ਹੀ ਨਹੀਂ ਸਕਦਾ। ਜੇ ਚਲਾਏਗਾ ਉਹਦੇ ਉੱਪਰ FIR ਲੋਚ ਹੋਏਗੀ। ਕਿਹਨਾਂ ਦੇ ਜੀ? ਇਹਨੇ ਗੱਡੀ ਦੇ ਮਾਲਕ ਨੂੰ ਬੁਲਾਇਆ, ਜਿਹੜੇ ਫਾਦਰ ਸਾਹਿਬ ਦੇ ਨਾਂ 'ਤੇ ਗੱਡੀ, ਉਹਨਾਂ ਨੂੰ ਇੱਥੇ ਬੁਲਾਇਆ। ਉਹ ਆ ਰਹੇ ਨੇ ਗੱਡੀ ਦਾ ਚਲਾਨ ਕਰਕੇ ਬੇਟੇ ਨੂੰ ਫੜਾ ਦਾ, ਜਿਹੜਾ ਤੁਹਾਡੇ ਸਾਹਮਣੇ ਗੱਡੀ 'ਚ ਬਿਨਾਂ ਪਰਮਿਸ਼ਨ ਤੋਂ ਹੂਟਰ ਲੱਗਾ ਹੋਇਆ, ਉਹ ਉਤਾਰ ਲਿਆ। BAP ਸਟੀਕਰ ਲੱਗਾ ਹੋਇਆ, ਉਹ ਦੇਖ ਲਓ ਤੁਹਾਡੇ ਸਾਹਮਣੇ, ਬਲੈਕ ਫਿਲਮ ਦਾ ਚਲਾਨ ਕਰਦਾ, ਅੱਧੀ ਫਿਲਮ ਅਸੀਂ ਉਤਾਰਤੀ ਆ, ਅੱਧੀ ਹੁਣ ਇਹਨਾਂ ਤੋਂ ਤੁਰਵਾਵਾਂਗੇ ਆਪ ਹੀ। ਬੁਲਟ ਮੋਟਰਸਾਈਕਲ ਤੁਹਾਨੂੰ ਮੈਂ ਦੱਸ ਰਿਹਾ, ਪਹਿਲਾਂ ਵੀ ਮੈਂ ਰਿਕੁਐਸਟ ਕੀਤੀ ਤੁਹਾਨੂੰ ਵੀ ਪਹਿਲਾਂ 65 ਸੀ, ਸੁਧਰ ਗਏ ਸੀ, ਹੁਣ 85 ਸੁਧਰ ਗਏ। 15% ਜਿਹੜੇ ਰਹਿ ਗਏ ਨੇ ਪਿੰਡਾਂ ਵਾਲੇ ਨੇ, ਸ਼ਹਿਰ ਵੱਲ ਬਹੁਤ ਘੱਟ ਆਉਂਦੇ ਨੇ। ਅਸੀਂ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਹੈ, ਜਿਹੜਾ ਕੋਈ ਸ਼ਹਿਰ ਦੇ ਅੰਦਰ ਸਿਟੀ ਏਰੀਏ ਦੇ ਵਿੱਚ ਕੋਈ ਮੋਟਰਸਾਈਕਲ, ਕਾਲਜ ਮੂਹਰੇ, ਪਹਿਲਾਂ ਸਾਨੂੰ ਕੰਪਲੇਂਟ ਮਿਲੀ ਸੀ ਮਾਡਲ ਟਾਊਨ ਗੌਰਵ ਲੇਡੀਜ਼ ਕੁੜੀਆਂ ਦਾ ਕਾਲਜ ਆ, ਉੱਥੇ ਹੁੱਲੜਬਾਜ਼ੀ ਸੀ। ਫਿਰ ਸਾਡਾ ਉੱਥੇ ਨਾਕਾ ਲੱਗਣ ਲੱਗ ਗਿਆ, ਉੱਥੇ ਬਿਲਕੁਲ ਹੁੱਲੜਬਾਜ਼ੀ ਬੰਦ ਕਰਤੀ। ਹੁਣ ਜਿੰਨਾ ਕਾਲਜ ਟਾਈਮ, ਸਕੂਲਾਂ ਟਾਈਮ ਜਿਹੜੇ ਬੱਚੇ ਲੈ ਕੇ ਆਉਂਦੇ ਨੇ ਬੁਲਟ, ਅਸੀਂ ਫਿਰ ਟੀਚਰਾਂ ਨਾਲ ਇਹਨਾਂ ਨੇ ਮੀਟਿੰਗ ਕੀਤੀ ਵੀ ਤੁਸੀਂ ਇਹਨਾਂ ਨੂੰ ਬੁਲਟ ਮੋਟਰਸਾਈਕਲ ਕਿਉਂ ਦਿੰਦੇ ਹੋ। ਦੇਖੋ ਜੀ, ਹੋਲੀ ਦਾ ਤਿਉਹਾਰ, ਤੁਸੀਂ ਵੀ ਇੱਥੇ ਹੋ, ਅਸੀਂ ਵੀ ਇੱਥੇ ਹਾਂ, ਸਾਡੇ ਜਿਹੜੇ ਸ਼ਹਿਰ ਦੇ ਵਿੱਚ ਨਾਕੇ ਬੜੇ ਲੱਗੇ ਹੋਣੇ, ਸਪੇਅਰ ਕਿਸੇ ਨੂੰ ਨਹੀਂ ਕਰਨਾ। ਇਹ ਤਾਂ ਹੈ ਨਹੀਂ ਵੀ ਕੋਈ ਇਹ ਸਰਿਆਮ ਹੋਲੀ ਦੀਆਂ ਉਲੰਘਣਾ ਕਰਨਗੇ ਅਤੇ ਅਸੀਂ ਇਹਨਾਂ ਨੂੰ ਸਪੇਅਰ ਕਰ ਦਾਂਗੇ। ਸਾਡਾ ਨਾਕਾ ਹੀ ਇੱਕ ਇੱਕ ਚੌਂਕ 'ਚ 3-3 ਨਾਕੇ ਲਾ ਦੇਣੇ, ਅਸੀਂ ਬੈਰੀਗੇਡਿੰਗ ਕਰ ਦੇਣੀ ਆ, ਜਿਹੜਾ ਆਊਗਾ ਸਪੇਅਰ ਕਰਨਾ ਨਹੀਂ, ਗੱਡੀ 207 ਵਿੱਚ ਬੰਦ।